ਸਾਧ ਸੰਗਤ ਜੀ, ਗੁਰੂ ਮਹਾਰਾਜ ਨੇ ਸਾਨੂੰ ਸਦਾ ਹੀ ਗੁਰੂ ਅੱਗੇ ਸਮਰਪਣ ਭਾਵਨਾ ਨਾਲ ਰਹਿਣ ਦੀ ਸਿੱਖਿਆ ਦਿੱਤੀ ਹੈ। ਰਾਗੌੜੀ ਪੂਰਵੀ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰਨ ਕੀਤੇ ਹੋਏ ਸੋਹਿਲਾ ਸਾਹਿਬ ਦੀ ਬਾਣੀ ਦਾ ਇਹ ਪੰਜਵਾਂ ਸ਼ਬਦ ਹੈ ਅਤੇ ਇਹ ਸ਼ਬਦ ਮਹਾਰਾਜ ਸਾਹਿਬ ਨੇ ਰਾਗੌੜੀ ਪੂਰਵੀ ਵਿੱਚ ਉਚਾਰਨ ਕੀਤਾ ਹੋਇਆ ਹੈ। ਕਰੋ ਬੇਨੰਤੀ ਸੁਨ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਇਹਨਾਂ ਪੰਕਤੀਆਂ ਵਿੱਚ ਗੁਰੂ ਮਹਾਰਾਜ ਗੁਰਮੁਖ ਮਨੁੱਖਾਂ ਨੂੰ ਜਿਹੜੇ ਕਿ ਸਤਸੰਗ ਕਰਦੇ ਹਨ, ਜਿਹੜੇ ਬਾਣੀ ਪੜ੍ਹਦੇ ਹਨ, ਜਿਹੜੇ ਬਾਣੀ ਨੂੰ ਨਮਸਕਾਰ ਕਰਦੇ ਹਨ ਅਤੇ ਗੁਰੂ ਨਾਲ ਸਾਂਝ ਰੱਖਣ ਵਾਲੇ ਗੁਰਮੁਖ ਹੁੰਦੇ ਹਨ, ਉਹ ਜਿਹੇ ਪ੍ਰਾਣੀਆਂ ਨੂੰ ਪ੍ਰੇਰਣਾ ਦਿੰਦੇ ਹਨ ਕਿ ਸਾਨੂੰ ਅਕਾਲ ਪੁਰਖ ਪਰਮਾਤਮਾ ਦੇ ਸੋਹਣੇ ਸਿਫਤ ਸਲਾਹ ਦੇ ਗੀਤ ਗਾਣੇ ਚਾਹੀਦੇ ਹਨ, ਕਿਉਂਕਿ ਇਸ ਨੂੰ ਗਾਉਣ ਨਾਲ ਸਦਾ ਹੀ ਸੁਖ ਮਿਲਦਾ ਹੈ। ਮਹਾਰਾਜ ਸਾਹਿਬ ਇਹ ਵੀ ਕਹਿੰਦੇ ਹਨ ਕਿ ਮੇਰੀ ਬੇਨਤੀ ਦੋ ਹੱਥ ਜੋੜ ਕੇ ਇਹ ਵੀ ਹੈ ਕਿ ਹੁਣ ਪਰਮਾਤਮਾ ਦੀ ਸੇਵਾ ਕਰਨ ਦਾ ਵੇਲਾ ਹੈ, ਉਹਨਾਂ ਦੀ ਸੇਵਾ ਸੱਚੇ ਦਿਲ ਨਾਲ ਕਰਨੀ ਚਾਹੀਦੀ ਹੈ। ਈਹਾ ਖਾਟ ਚਲੋ ਹਰ ਲਾਹਾ ਅੱਗੇ ਵਸਨ ਸੁਹੇਲਾ। ਅਸੀਂ ਜਦ ਗੁਰੂ ਨਾਲ ਜੁੜ ਕੇ ਬਹਿੰਦੇ ਹਾਂ ਤਾਂ ਅਸੀਂ ਜੀਵਨ ਦਾ ਲਾਭ ਲੱਭ ਸਕਦੇ ਹਾਂ। ਗੁਰੂ ਦੀ ਸੇਵਾ ਯਾਨੀ ਕਿ ਪਰਮਾਤਮਾ ਦੀ ਸੇਵਾ ਕਰਕੇ ਅਸੀਂ ਇਸ ਜਨਮ ਦੇ ਇਸ ਸਮੇਂ ਵਿੱਚ ਪ੍ਰਭ ਦੇ ਨਾਮ ਉਪਦੇਸ਼ ਦੀ ਖੱਟੀ ਖੱਟ ਕੇ ਜੀਵਨ ਨੂੰ ਸਫਲਤਾ ਵੱਲ ਲੈ ਕੇ ਤੁਰ ਸਕਦੇ ਹਾਂ ਅਤੇ ਭਵਿੱਖ ਵਿੱਚ ਯਾਨੀ ਕਿ ਆਉਣ ਵਾਲੇ ਸਮੇਂ ਵਿੱਚ ਸਾਡਾ ਜੀਵਨ ਪਰਲੋਕ ਵਿੱਚ ਸੋਹਣਾ, ਸੁਖਮਈ ਅਤੇ ਸੰਤੋਖ ਵਾਲਾ ਬਣ ਸਕਦਾ ਹੈ। ਔਧ ਘਟੇ ਦਿਨ ਸੂਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਸਤਿਗੁਰੂ ਜੀ ਆਖਦੇ ਹਨ ਕਿ ਹੇ ਮਨ, ਦਿਨ ਰਾਤ ਬੀਤਦੇ ਜਾਂਦੇ ਹਨ ਅਤੇ ਉਮਰ ਘਟਦੀ ਜਾ ਰਹੀ ਹੈ, ਮਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਅਤੇ ਸਤਿਗੁਰ ਜੀ ਦੇ ਨਾਲ ਦੀ ਸਾਂਝ ਟੁੱਟਣ ਕਰਕੇ ਦਿਨ ਦਿਨ ਔਧ ਘਟਣ ਵਾਲਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ, ਜਿਸ ਕਰਕੇ ਗੁਣ ਘਟਦੇ ਜਾ ਰਹੇ ਹਨ। ਹੇ ਮੇਰੇ ਮਨ, ਗੁਰ ਨਾਲ ਮਿਲ ਕੇ ਆਪਣੇ ਮਨੁੱਖੀ ਜੀਵਨ ਨੂੰ ਸਫਲ ਕਰ। ਸਮਾਜ ਦੇ ਵਖੇੜਿਆਂ ਨੂੰ ਛੱਡ ਕੇ ਗੁਰ ਦੇ ਉਪਦੇਸ਼ਾਂ ਵੱਲ ਧਿਆਨ ਦੇ। ਕਾਮ, ਕ੍ਰੋਧ, ਮੋਹ, ਲੋਭ, ਮਾਇਆ ਦੀ ਸਾਂਝ ਨੂੰ ਛੱਡ ਕੇ ਗੁਰੂ ਨਾਲ ਸਾਂਝ ਪਾ, ਜਿਸ ਦੇ ਜ਼ਰੀਏ ਜੀਵਨ ਸਫਲ ਹੋ ਜਾਏਗਾ। ਇਹ ਸੰਸਾਰ ਬਿਕਾਰ ਸੰਸਮਹਿ ਤਰਿਓ ਬ੍ਰਹਮ ਗਿਆਨੀ। ਸਤਿਗੁਰੂ ਜੀ ਇਹਨਾਂ ਪੰਕਤੀਆਂ ਵਿੱਚ ਕਹਿੰਦੇ ਹਨ ਕਿ ਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ, ਜਗਤ ਦੇ ਜੀਵ ਤੌਖਲਿਆਂ ਵਿੱਚ ਡੁੱਬ ਰਹੇ ਹਨ। ਇਹਨਾਂ ਵਿੱਚੋਂ ਸਿਰਫ ਉਹੀ ਮਨੁੱਖ ਤਰਦਾ ਹੈ ਜਾਂ ਕਹਿ ਲਓ ਬਾਹਰ ਨਿਕਲਦਾ ਹੈ ਜਿਸਨੇ ਗੁਰੂ ਨਾਲ ਮਿਲ ਕੇ ਪਰਮਾਤਮਾ ਨਾਲ ਜਾਣ ਪਛਾਣ ਬਣਾ ਲਈ ਹੋਵੇ, ਪਰਮਾਤਮਾ ਨਾਲ ਸਾਂਝ ਪਾ ਲਈ ਹੋਵੇ ਅਤੇ ਸੋਝੀ ਹਾਸਲ ਕਰ ਲਈ ਹੋਵੇ। ਇਸੇ ਜਗਾਈ ਪਿਆਵੇ ਇਹ ਰਸ ਅਕਥ ਕਥਾ ਤਿੰਨ ਜਾਨੀ। ਭਾਵ ਇਹ ਹੈ ਕਿ ਵਿਕਾਰਾਂ ਵਿੱਚ ਸੁੱਤੇ ਹੋਏ ਜਿਸ ਮਨੁੱਖ ਨੂੰ ਰੱਬ ਗੁਰੂ ਦੇ ਰਾਹੀਂ ਆਪ ਜਾ ਕੇ ਨਾਮ ਉਪਦੇਸ਼ ਦਾ ਅੰਮ੍ਰਿਤ ਪਿਆਉਂਦੇ ਹਾਂ, ਉਸ ਮਨੁੱਖ ਨੂੰ ਅਕਥ ਪ੍ਰਭੂ ਦੀ ਗੱਲਾਂ ਯਾਨੀ ਕਿ ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫਤ ਸਲਾਹ ਦੀ ਜਾਂਚ ਸਿੱਖ ਲਈ ਹੈ
ਅਤੇ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਉਹ ਲੱਗ ਜਾਂਦਾ ਹੈ, ਜਿਸ ਰਾਹੀਂ ਉਹ ਪਰਮਾਤਮਾ ਦੀ ਬਿਨਾਂ ਕਹੀ ਹੋਈ ਗੱਲਾਂ ਵੀ ਜਾਣ ਲੈਂਦਾ ਹੈ, ਉਹਨੂੰ ਸਮਝ ਲੈਂਦਾ ਹੈ, ਕਿਉਂਕਿ ਉਸ ਦੀ ਸਾਂਝ ਗੁਰੂ ਦੇ ਨਾਲ ਹੋ ਜਾਂਦੀ ਹੈ। ਜਾਕੋ ਆਈ ਸੋਈ ਵਿਹਾਜੋ ਹਰ ਗੁਰ ਤੇ ਮਨ ਵਸੇਰਾ। ਸਤਿਗੁਰ ਜੀ ਆਖਦੇ ਹਨ ਕਿ ਹੇ ਮਨੁੱਖ, ਜਿਸ ਕੰਮ ਵਾਸਤੇ ਆਪ ਜੀ ਦਾ ਜਨਮ ਇਸ ਧਰਤੀ ਪਰ ਹੋਇਆ ਹੈ, ਆਪ ਜਨਮ ਲੈ ਕੇ ਇਸ ਧਰਤੀ ਪਰ ਆਏ ਹੋ, ਉਸ ਦਾ ਵਣਜ ਕਰੋ। ਉਹ ਹਰ ਨਾਮ, ਰੱਬ ਦਾ ਨਾਮ ਗੁਰੂ ਦੇ ਰਾਹੀਂ ਹੀ ਮਨ ਵਿੱਚ ਵਸਦਾ ਹੈ। ਪਰਮਾਤਮਾ ਦੇ ਗੁਣ ਗੁਰੂ ਦੇ ਰਾਹੀਂ ਹੀ ਅਸੀਂ ਪਾ ਸਕਦੇ ਹਾਂ। ਇਸ ਵਾਸਤੇ ਸਾਡੇ ਇਸ ਜੀਵਨ ਦਾ ਮਨੋਰਥ ਕੇਵਲ ਪਰਮਾਤਮਾ ਦੇ ਗੁਣਾਂ ਨੂੰ ਇਕੱਠਾ ਕਰਕੇ ਆਪਣੇ ਜੀਵਨ ਨੂੰ ਸਵਾਰਨਾ ਹੈ। ਇਸ ਤੋਂ ਅਲਾਵਾ ਹਰ ਕੰਮ, ਹਰ ਚੀਜ਼ ਸਿਰਫ ਮਤਲਬੀ ਅਤੇ ਦਿਖਾਵਟੀ ਹੈ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਮਹਾਰਾਜ ਸਾਹਿਬ ਫਰਮਾਉਂਦੇ ਹਨ ਕਿ ਗੁਰੂ ਦੀ ਸ਼ਰਨ ਵਿੱਚ ਜਾ ਕੇ ਹੀ ਆਤਮਿਕ ਆਨੰਦ ਅਤੇ ਅਡੋਲਤਾ ਮਿਲਦੀ ਹੈ, ਯਾਨੀ ਕਿ ਜੀਵਨ ਵਿੱਚ ਆਏ ਹੋਏ ਭਟਕਾਵ ਦੂਰ ਹੁੰਦੇ ਹਨ, ਜੀਵਨ ਆਨੰਦਮਈ ਹੋ ਜਾਂਦਾ ਹੈ ਅਤੇ ਆਪਣੇ ਅੰਦਰ ਹੀ ਅਸੀਂ ਰੱਬ ਦਾ ਘਰ ਲੱਭ ਲੈਂਦੇ ਹਾਂ। ਪਰਮੇਸ਼ਵਰ ਨੂੰ ਮਨੀ ਮਸਾਨੀ ਅਤੇ ਜੰਗਲਾਂ ਵਿੱਚ, ਕਿਸੇ ਵਿਸ਼ੇਸ਼ ਭਵਨ ਵਿੱਚ ਜਾਂ ਕਿਸੇ ਵਿਸ਼ੇਸ਼ ਥਾਂ ਵਿੱਚ ਟਟੋਲਣ ਦੀ ਸਾਨੂੰ ਲੋੜ ਹੀ ਨਹੀਂ ਪੈਂਦੀ। ਪਰਮਾਤਮਾ ਤਾਂ ਸਾਡੇ ਹਿਰਦੇ ਵਿੱਚ ਰਹਿੰਦਾ ਹੈ ਤੇ ਅਸੀਂ ਉਹਨੂੰ ਪਾ ਲੈਂਦੇ ਹਾਂ। ਪਰਮਾਤਮਾ ਨੂੰ ਪਾ ਲੈਣੇ ਵਾਲੇ ਮਨੁੱਖ ਜਨਮ ਮਰਨ ਦੇ ਗੇੜ ਯਾਨੀ ਕਿ ਆਵਾਗਮਨ ਤੋਂ ਮੁਕਤ ਹੋ ਜਾਂਦੇ ਹਨ। ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। हे परमात्मा, आप सब दे दिलां दी जानदे हो, मेरे भी मन दी इच्छा पूरी करो। हे सतगुरु महाराज जी, मेरे मन दी इच्छा पूरी करो, मेरी इच्छा बहुत प्रबल है और मेरी इच्छा सिर्फ ए है कि नानक दास एह सुख मांगे, मोको कर संतन की तूरे। हे मेरे अकाल पुरख रब जी, आप जी दा दास नानक आप जी तो एक ही सुख मंगदा है कि मैनू अपने चरणा दी धूड़ बना दो। मैं परमात्मा सतगुरु जी दे चरणा दी धूड़ बन के रहना चाहुंदा हां, क्योंकि इस जरिए ही मेरा जीवन सफल होवेगा। आज संगत जी, जे गुरबाणी दे अनुसार असी अपने जीवन नू चला लंदे हां तां असी सिद्धे मायने विच परमात्मा दे चरणा दी धूड़ बन जावांगे, रब नाल जुड़े रहांगे अते साडा जीवन सफल हो जावेगा। साध संगत जी, ए सी सोहिला साहिब दे भाग 5 दी व्याख्या। जे कोई भुल चुक या गलती होगी होवे तां अपने दास नू माफ करियो जी। वाहेगुरु जी दा खालसा, श्री वाहेगुरु जी दी फतेह।